ਭਾਈ ਕਨਈਆ ਜੀ ਦਾ ਜਿਹੜਾ ਪਰਿਵਾਰ ਸੀ ਨਾ ਬਹੁਤ ਉੱਚਾ ਸੀ ਜਿਹਨੂੰ ਅਸੀਂ ਦੁਨਿਆਵੀ ਤੌਰ ਤੇ ਕਹਿ ਦਿੰਦੇ ਹਾਂ ਨਾ ਬੜਾ ਧਨਾਟ ਹੁੰਦਾ ਹੈ ਅਸਲ ਚ ਅਸਲ ਧਨਾਟ ਕੀ ਤਾਂ ਉਹਨਾਂ ਉਦੋਂ ਖੱਟੀ ਹੈ ਜਦੋਂ ਜਾ ਕੇ ਸੇਵਾ ਚ ਲੱਗੇ ਪਰ ਦੁਨਿਆਵੀ ਤੌਰ ਤੇ ਬੜਾ ਉੱਚ ਘਰਾਨਾ ਸੀ ਰੁਤਬੇ ਵਾਲਾ ਸ਼ੋਹਰਤ ਵਾਲਾ ਦੌਲਤ ਸ਼ੋਹਰਤ ਵਾਲਾ ਤੇ ਅਸੀਂ ਉਹਨਾਂ ਨੂੰ ਇਸ ਵਾਕਿਆ ਨਾਲ ਜਾਣਦੇ ਹਾਂ ਕਿ ਉਹਨਾਂ ਦੀ ਕਿਸੇ ਨੇ ਸ਼ਿਕਾਇਤ ਲਾਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਿ ਇਹ ਵਿਰੋਧੀ ਧਿਰ ਨੂੰ ਵੀ ਜਾਲ ਛਕਾਉਂਦੇ ਪਰ ਸਾਨੂੰ ਖੌਰੇ ਇਹ ਨਹੀਂ ਪਤਾ ਵੀ ਇਹ ਜਾਗ ਉਹਨਾਂ ਨੂੰ ਲਾਈ ਕਿੰਨੇ ਸੀ ਇਹ ਜਾਗ ਉਹਨਾਂ ਨੂੰ ਲੱਗੀ ਕਿੱਥੋਂ ਸੀ ਇਹ ਜਾਗ ਉਹਨਾਂ ਨੂੰ ਲੱਗੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨਾਲ ਸੰਗਤ ਕਰਨੀ ਸ਼ੁਰੂ ਕੀਤੀ ਤੇ ਸੰਗਤ ਕਰਦਿਆਂ ਕਰਦੇ ਕੀ ਸੀ ਕਦੀ ਝਾੜੂ ਫੇਰਨ ਲੱਗ ਪੈਣਾ ਝਾੜੂ ਛੱਡਣਾ ਤੇ ਪੱਖੀ ਝੱਲਣ ਲੱਗ ਪੈਣਾ ਪੱਖੀ ਛੱਡਣੀ ਤੇ ਗਾਗਰ ਲੈ ਕੇ ਜਲ ਭਰਨ ਚਲੇ ਜਾਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਉਹ ਵਹਿੰਦੇ ਰਹੇ ਵੀ ਇਹਨੂੰ ਕਿੰਨਾ ਚਾਅ ਹੈ ਸੇਵਾ ਕਰਨ ਦਾ ਇਹ ਭੱਜਾ ਹੀ ਫਿਰਦਾ ਇੱਕ ਸੇਵਾ ਛੱਡਦਾ ਤੇ ਇੱਕ ਸ਼ੁਰੂ ਕਰ ਲੈਂਦਾ ਉਹ ਛੱਡਦਾ ਤੇ ਫਿਰ ਅਗਲੀ ਸ਼ੁਰੂ ਕਰ ਲੈਂਦਾ ਤੇ ਉਹਨਾਂ ਵੇਖਿਆ ਵੀ ਇਹਦੀ ਚਾਹਨਾ ਇੰਨੀ ਹੈ ਤੇ ਇਹਦੀ ਸੇਵਾ ਕਿਤੇ ਗਲਤ ਕਿਤੇ ਰੂਪ ਨਾ ਫੜ ਜਾਵੇ ਤੇ ਉਹਨਾਂ ਨੇ ਵੇਖਿਆ ਵੀ ਇਹ ਇਸ ਲਾਇਕ ਵੀ ਹੈਗਾ ਵੀ ਇਹਨੂੰ ਗੱਲ ਦੱਸੀ ਜਾਏ ਤੇ ਉਹਦੀ ਪਰਖ ਕੀਤੀ ਪਰਖ ਕਿਸ ਤਰ੍ਹਾਂ ਕੀਤੀ ਉਹਨਾਂ ਨੂੰ ਕਹਿੰਦੇ ਕਿ ਜਾਓ ਜਲ ਭਰ ਕੇ ਲਿਆਓ ਜਲ ਭਰ ਕੇ ਲਿਆਂਦਾ ਤੇ ਕਹਿੰਦੇ ਰੋੜ ਦਿਓ ਰੋੜਤਾ ਫਿਰ ਕਹਿੰਦੇ ਭਰ ਕੇ ਲਿਆਓ ਲੈ ਕੇ ਆਏ ਫਿਰ ਕਹਿੰਦੇ ਰੋੜ ਦਿਓ ਰੋੜਤਾ ਏਦਾਂ ਹੀ ਕਰੀ ਜਾਂਦੇ ਆ ਆਂਦੇ ਜਲ ਲਈ ਆਓ ਤੇ ਲਿਆ ਕੇ ਕਹਿੰਦੇ ਰੋੜ ਦਿਓ ਤੇ ਰੋੜੀ ਜਾਂਦੇ ਤੇ ਉਹ ਵੇਖਦੇ ਆ ਵੀ ਇਹਨਾਂ ਦੇ ਚਿਹਰੇ ਤੇ ਮਾਸਾ ਜਿੰਨੀ ਵੀ ਕਿਤੇ ਖਿੱਚ ਖਜਾਈ ਨਹੀਂ ਹੈਗੀ ਇਹ ਬੜੇ ਚਾਅ ਨਾ ਲੱਗੇ ਭੱਜੇ ਹੀ ਜਾਂਦੇ ਭੱਜੇ ਹੀ ਆਉਂਦੇ ਸਿਰਫ ਸਿਰਫ ਸੇਵਾ ਨਹੀਂ ਕਰਨ ਦੇ ਇਹਨਾਂ ਨੂੰ ਖਿੱਚ ਬੜੇ ਚਾਅ ਨਾ ਕਰਨ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਕੀ ਆਖਿਆ ਉਹਨਾਂ ਕਿਹਾ ਕਿ ਨਹੀਂ ਜੀ ਸੇਵਾ ਕਰਨੀ ਹੈ ਨਾ ਤੇ ਨਿਰਸਵਾਰਥ ਹੋ ਕੇ ਕਰਨੀ ਹੈ ਤੇ ਇੱਕ ਆਪਣਾ ਪਰਾਇਆ ਕਦੀ ਤੱਕ ਕੇ ਸੇਵਾ ਨਹੀਂ ਕਰਨੀ ਨਾ ਆਪਣਾ ਪਰਾਇਆ ਤੱਕਣਾ ਹੈ ਤੇ ਨਾ ਕਿਸੇ ਸਵਾਰਥ ਨੂੰ ਸੇਵਾ ਕਰਨੀ ਸੇਵਾ ਕਰਨੀ ਤੇ ਨਿਰਸਵਾਰਥ ਹੋ ਕੇ ਕਰਨੀ ਆਪਣੇ ਪਰਾਏ ਤੋਂ ਤਾਂ ਹੋ ਕੇ ਕਰਨੀ ਸਾਹਿਬ ਗੁਰੂ ਤੇਗ ਬਹਾਦਰ ਜੀ ਕਈ ਕਹਿੰਦੇ ਨੇ ਘੱਟ ਘੱਟ ਮੈਂ ਹਰ ਯੁਗ ਸੰਤਨ ਕੇ ਉਪਕਾਰ ਤੇ ਵੇਖੋ ਇਹ ਜਾਗ ਲਾਈ ਉਹਨਾਂ ਨੇ ਪਿਤਾ ਨੇ ਜਾਗ ਲਾਈ ਆ ਤੇ ਪੁੱਤ ਨੇ ਫਿਰ ਉਹਦੇ ਤੋਂ ਵੀ ਵੱਡੀ ਗੱਲ ਕੀਤੀ ਗੱਲ ਕੀ ਕੀਤੀ ਜਦੋਂ ਸ਼ਿਕਾਇਤ ਲਾਈ ਜਦੋਂ ਉਹਨਾਂ ਦੇ ਕੋਲ ਗਏ ਕਹਿੰਦੇ ਵੀ ਤੁਹਾਡੇ ਬਾਰੇ ਇਹਨਾਂ ਕਿਹਾ ਵੀ ਇਹ ਜਲ ਛਕਾਉਂਦੇ ਵਿਰੋਧੀ ਧਿਰ ਨੂੰ ਕਹਿੰਦੇ ਜੀ ਮੈਨੂੰ ਤੇ ਸਾਰੇ ਤੁਹਾਡਾ ਹੀ ਰੂਪ ਦੇ ਦੇ ਤੇ ਪਹਿਲਾਂ ਹੀ ਗੋਡੇ ਥੱਲੇ ਮਲਮ ਪੱਟੀ ਰੱਖ ਕੇ ਬੈਠੇ ਗੋਡੇ ਥੱਲੋਂ ਕੱਢ ਕੇ ਆਉਂਦੇ ਫਿਰ ਇਹ ਵੀ ਕਰਿਆ ਕਰ ਉਹ ਜਾਗ ਲੱਗੀ ਦੇ ਵਿੱਚ ਫਿਰ ਵਾਧਾ ਕੀਤਾ ਤੇ ਵਾਧਾ ਕਿਸ ਤਰ੍ਹਾਂ ਹੋਇਆ ਕਿਉਂਕਿ ਉਹ ਮਤ ਜਿਹੜੀ ਸੀ ਨਾ ਉਹ ਸੱਤ ਨਾਲ ਜੁੜੀ ਸੀ ਉਹਨਾਂ ਦੀ ਜਿਹੜੀ ਚੀਜ਼ ਜਿਹੜੀ ਜਾਗ ਉਹਨਾਂ ਨੇ ਲਾਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸਵੀਂ ਸਰਕਾਰ ਨੇ ਉਹਦੇ ਤੇ ਫਿਰ ਮੋਹਰ ਵੀ ਲਾਈ ਤੇ ਅਗਲਾ ਪੜਾਅ ਵੀ ਦੱਸਿਆ ਵੀ ਨਾਲ ਫਿਰ ਮਲਮ ਪੱਟੀ ਵੀ ਕਰੋ ਤੇ ਇਹ ਗੱਲਾਂ ਉਦੋਂ ਹੀ ਹੁੰਦੀਆਂ ਜਦੋਂ ਮਾਨਸ ਉੱਠਦਾ ਅੰਦਰ ਕੱਲੀ ਦੇਹੀ ਇਹ ਕੰਮ ਕਰ ਸਕਦਾ ਇੱਥੋਂ ਤੱਕ ਤੇ ਪਹੁੰਚ ਹੀ ਨਹੀਂ ਹੁੰਦੀ ਸੇਵਕ ਕੋ ਸੇਵਾ ਬਣਿਆ ਇਹ ਹੀ ਦੱਸਿਆ ਕਿ ਸੇਵਕ ਨੂੰ ਸੇਵਾ ਹੀ ਸੋਚਦੀ ਹੈ ਸੇਵਕ ਸੇਵਾ ਕਰਨ ਲੱਗਾ ਇਹ ਨਾ ਵੇਖੇ ਵੀ ਮੈਂ ਸੇਵਾ ਕਰਨ ਕਿਹਦੀ ਲੱਗਾ
सेवक को सेवा बनाई उन्होंने सिर्फ सेवा फबदी है इना वेखे भी मैं सेवा करन की लगा जे वेखेगा सेवा करन की लगा तो फिर अपना पराया ही तकेगा जे अपना पराया तकेगा वह तो फिर कोई स्वार्थी हो सकता निरस्वार्थ ने तो तकना ही नहीं कौन अपना कौन पराया उदा ते संबंध ही सिर्फ सेवा नाल ते सेवा असल च है केड़ी है होए स्वार्थ न जिथे सोई सेवा जानी 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 है ऐसी सेवा विच रंग दात दे जी मानी है होए स्वार्थ न जिथे सोई सेवा जानी 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 है सेवा करन जाने हैं तीर्थ ते की सोच के जाने हैं मोह दाता दा जे तोरे तैनू वाले सेवा दे होवे मन साके दाता तैनू मिठा मेवा दे मन साके दाता तैनू मिठा मेवा